ਲੜਕੀਆਂ ਦੇ ਪਰਦੇ ਹੋਵੇ, ਔਲਾਦ ਦੇ ਬਖਤ ਨਸੀਬ ਹੋਵੇ। ਮੈਂ ਨੌਕਰ ਹਾਂ ਸੁਰਖ ਸਿਆਹੀ, ਬਾਬਾ ਜੀ ਕਣ ਤੇ ਜ਼ਾਹਿਰ ਹੋਈਏ ਤੇ ਜ਼ਖਮੀ ਗੱਲਾਂ ਲਈ ਵੀ ਆਈਏ, ਜਿਵੇਂ ਤੱਸਾ ਪਾਣੀ ਦਵਾਉਂਦਾ ਫੁੱਫੀ ਦਾ ਦਾਮਨ ਪਕੜ ਕੇ ਆ ਦਈਏ। ਉਸੇ ਵੇਲੇ ਤੁਰਸੇ ਜਿਵੇਂ ਮੇਰਾ ਸਜਾਦ ਮਰ ਵੇ ਸੀ, ਅੰਮਾ ਜੇ ਸਜਾਦ ਸ਼ਹੀਦ ਹੋ ਗਿਆ ਤੇਰੇ ਨਾਲ ਬਾਜ਼ਾਰ ਚ ਕੌਣ ਤੁਰਸੀ। ਅਗਰ ਮੇਰਾ ਸਜਾਦ ਸ਼ਾਮ ਦੇ ਬਾਹਰ ਸ਼ਹੀਦ ਹੋ ਗਿਆ ਤੇ ਮੈਂ ਮਰ ਗਈ, ਮੇਰਾ ਜਨਾਜ਼ਾ ਕੌਣ ਚੁਰਸੀ। ਔਰ ਤੁਰ ਪਈ ਮੇਰੀ ਸੈਣ ਮਤ 9 ਮੀਲ, ਇੱਥੋਂ ਜਹਾਜ਼ ਤੇ ਜ਼ਵਾਰ ਵੰਜੇ ਨਾ ਜਿਹੜੇ ਗਏ ਹੋ ਮਜ਼ਾ ਉਹ ਗਵਾਹੀ ਦੇਸਨ, ਜਹਾਜ਼ ਤੇ ਸਰਜਿਲ ਗਏ ਹੋ, ਜਵਾਨ ਸਿਹਤਮੰਦ ਹਨ, ਹਾਂ ਬਜ਼ੁਰਗ ਆਦਾ ਸਨ, ਮੋਟਰਾਂ ਤੇ ਗਏ, ਚਲੋ ਬੱਸਾਂ ਤੇ ਗਏ ਹੋ, ਥੱਕ ਪਏ ਉਸ ਬੰਦੇ ਨਫੀਸ ਮਿਜ਼ਾਜ ਵੀ ਮਜਲਸ ਵਿੱਚ ਬੈਠੇ ਨੇ, ਜਹਾਜ਼ਾਂ ਤੇ ਵੰਨ ਕੇ ਵੀ ਬੰਦੇ ਥੱਕ ਪਾਉਂਦੇ ਨੇ। ਤੇ ਜੇ ਕੋ ਮਸੱਲੇ ਤੋਂ ਦਾਈਆਂ ਲਹਿੰਦੀਆਂ ਉਹ ਬਿਨ ਪਲਾਣੇ ਉੱਠਤੇ ਵੱਲੇ ਮਰਾ ਮਰਾ ਕੇ ਸ਼ਾਮ ਲੈ ਕੇ ਗਏ ਖੜੇ, ਉਹ ਨਾ ਥੱਕੀ ਉਸੇ ਜਿਹੜੀ ਥੱਕੀ ਹੋਈ ਆਈ ਵਤ ਹੁਸੈਨ ਬਚਾਵਣ ਵਾਸਤੇ ਟੁਰੀ। ਇਰਾਨ ਦੇ ਕਾਲੇ ਮੈਂ ਦੀਨ ਨੇ ਨਾ ਪੈਗਾਮ ਦਿੱਤਾ ਟਵਿੱਟਰ ਪੈਗਾਮ, ਉਹ ਆ ਕੇ ਸ਼ਵੇ ਜੁਮਾਈ ਤੇ ਇਰਾਕ ਵਿੱਚ ਖੜ ਕੇ ਆਖਿਆ ਮਲਾਇਕ ਆਉਂਦੇ ਨੇ ਕਰਬਲਾ ਹੁਸੈਨ ਦਾ ਸ਼ੁਕਰੀਆ ਅਦਾ ਕਰਨ ਅਤੇ ਹੁਸੈਨ ਆਲੀਆ ਦਾ ਸ਼ੁਕਰੀਆ ਅਦਾ ਕਰਨ ਵੇਂਦੇ, ਇਹ ਹਰ ਜ਼ਾਕਿਰ ਤਕਰਾਰੀ ਜੁਮਲਾ ਮਸਾਹਿਬ ਦਾ ਪੜ੍ਹੇ। ਉਹਨਾਂ ਆਖਿਆ ਅਗਰ ਇਹ ਆਲੀਆ ਨਾ ਹੁੰਦੀ ਤਾਂ ਮਜਲਸ ਵਿੱਚ ਹੁਸੈਨੀਅਤ ਦਾ ਨਾਰਾ ਨਾ ਹੁੰਦਾ। ਔਰ ਉਹਨਾਂ ਵਰਮਾਇਆ ਇਸ 'ਤੇ ਪੁਰਜ਼ੋਰ ਹੋ ਕੇ ਜੋਸ਼ ਨਾਲ ਇਸ ਨਾਰੇ ਦਾ ਜਵਾਬ ਦਿੱਤਾ ਜੋ ਇਹ ਅਲੀ ਦੀ ਧੀ ਦੀ ਮਿਹਨਤ ਹੈ, ਜਿਹੜੀ ਥੱਕੀ ਹੋਈ ਆਈ ਭਰਾ ਬਚਾਵਣ ਮੇਰੀ ਸੈਣ ਤੁਰ ਪਈ। ਜਿਹੜੇ ਨਹੀਂ ਗਏ ਮਾਲਿਕ ਕਿਤਨਾ ਤੁਹਾਨੂੰ ਰਿਸਕ ਦੇਵੇ, ਜੋ ਸ਼ਾਮ ਦੀ ਜ਼ਵਾਰੀ ਕਰੋ, ਬਲਕਿ 14 ਮਾਸੂਮੀਨ ਦੀ ਜ਼ਿਆਰਤ ਨਸੀਬ। ਲੇਕਿਨ ਤੁਸੀਂ ਸਾਹਿਬ ਮੈਂ ਦੁਆ ਕਰਦਾ ਇਹਨਾਂ ਆਂਸੂਆਂ ਦਾ ਸਦਕਾ ਮਾਲਿਕ ਇਤਨਾ ਰਿਸਕ ਦੇਵੇ, ਬਿਲਖਸੂਸ ਜਦੋਂ ਤੂੰ ਸ਼ਾਮ ਦਾ ਜ਼ਵਾਰ ਬਣੇ ਨਾ ਤੇਰੇ ਨਾਲ ਤੇਰੀ ਕਈ ਵਿਹੜੇ ਦੀ ਪਰਦਾਦਾਰ ਜ਼ਰੂਰ ਹੋਵੇ, ਮਾਂ ਹੋਵੀ, ਭੈਣ ਹੋਵੀ, ਧੀ ਹੋਵੀ, ਅਤੇ ਉਹ ਬਾਜ਼ਾਰ ਤੂੰ ਆਪਣੇ ਪਰਦੇਦਾਰਾਂ ਨਾਲ ਅਬੂਰ ਕਰੇ, ਜਿਹੜਾ ਸਜਾਦ ਬੇਮਕਨਾ ਮੇਰੇ ਦਾ ਫੁੱਫੀਆਂ ਨਾਲ ਅਬੂਰ ਕਰੇ। ਅੱਲਾਹ ਦੀ ਗੈਰਤ ਦੁਆ ਨਾ ਸਜਾਦ ਹੈ। ਅੱਜ ਖਾਲੀ ਬਾਜ਼ਾਰ ਜਦੋਂ ਕਾਫਲੇ ਟੁਰਦੇ ਨਾ ਵਿੱਚ ਬੁੱਢੜੇ ਹੀ ਆਉਂਦੇ ਨੇ, ਬੀਬੀਆਂ ਮਸਤੂਰਾਂ ਬਾਲ ਹੀ ਆਉਂਦੇ ਨੇ, ਜਵਾਨ ਇਕੱਲੇ ਬੰਦੇ ਦੀ ਗੱਲ ਹੀ ਨਹੀਂ ਕਰ ਰਿਹਾ। ਮਾਲਿਕ ਲੈ ਵੰਜੀ ਕਾਫਲੇ ਦੀ ਸੂਰਤ ਵਿੱਚ ਗੁਜ਼ਰੋ, ਬਜ਼ੁਰਗ ਸੈਯਦੋ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ 12 ਜਾਂ 13 ਮਿੰਟ ਲੱਗ ਸਕਣ, ਇਹ ਫਾਸਲਾ ਤੈਅ ਕਰਦੇ ਥੋੜ੍ਹੀ ਜਿਹੀ ਮੰਜ਼ਲ ਨੇ। ਕਦਾਂ ਮੈਨ ਯਾਰ ਅਗਰ ਗਿਣ ਲਵੀ ਮੈਨ, ਜਿਹੜੇ ਮਿੰਬਰ 'ਤੇ ਪੜ੍ਹਨ ਵਾਲੇ ਜ਼ਾਕਿਰ ਨੇ ਉਹ ਯਕੀਨ ਉਹ ਕਦਮ ਰਹਿੰਦੇ ਨੇ ਔਰ ਗਿਣਦੇ ਉਹਨਾਂ ਦਾ 9-10 ਮਿੰਟ ਤੋਂ ਵੱਧ ਟਾਈਮ ਨਹੀਂ ਲੱਗਦਾ। ਜਾਲਾ ਸਾਹਿਬ ਪਿਪੜਦੇ ਹਨ ਬਾਜ਼ਾਰ ਏ ਸ਼ਾਮ, ਇੱਕ ਤਾਜ਼ਾ ਸ਼ਾਮ ਦਾ ਜ਼ਵਾਰ ਮਜਲਸ ਵਿੱਚ ਬੈਠਾ ਅਤੇ ਉਹ ਪੁੱਛਾ ਬਈ 9 ਮੀਲ ਤੁਰਨ ਦੇ ਬਾਅਦ ਬਾਬੋ ਸਾਦ ਤੋਂ ਲੈ ਕੇ ਦਰਬਾਰੇ ਯਜ਼ੀਦ ਤੱਕ ਅਲੀ ਦੀ ਅਲੀ ਧੀ ਦਾ ਵਕਤ ਕਿਤਨਾ ਲੱਗੇ। ਉਹਨਾਂ ਫਿਲਬਦੀ ਫੌਰਨ ਉਹਨਾਂ ਦੇ ਮੂੰਹ 'ਚੋਂ ਨਿਕਲਿਆ 17 ਦਾ ਨਾ, ਉਹਦਾ ਕਿਹਾ ਮੈਂ ਅੱਗੇ 15 ਸੁਣਦਾ, ਹੁਣ ਤਾਂ ਮੈਂ ਆਪ ਸ਼ਾਮ ਦਾ ਜ਼ਵਾਰ ਹਾਂ। ਇਹ 15 ਜਾਣਾ ਤਾਂ ਬਾਬੋ ਸਾਦ ਘੰਟਿਆਂ ਵਾਲਾ ਦਰਵਾਜ਼ਾ, ਇੱਥੇ ਮੇਰੀ ਸੈਣ ਖੜ ਕੇ ਸੁਣੀਆਂ 3 ਦਿਨ 72 ਘੰਟਾ, ਇਹ 1 ਦਿਨ ਦੀਆਂ 5 ਜਾਣਾ 15 ਬਣਦੀਆਂ, ਤਾਂ ਕਿਵੇਂ ਆਖੇ 17? ਉਹਨੇ ਫਰਮਾਇਆ 2 ਬਾਜ਼ਾਰ ਹੀ ਸੁਣੀਆਂ, ਜਿਹਦੀ ਹਾਏ ਨਿਕਲੀ ਉਹਦੀ ਤਾਈ ਦੇ, ਉਹ ਮੂੰਹ 'ਤੇ ਮਾਤਮ ਕਰਕੇ ਆਦੇ ਕਿਬਲਾ 9-10 ਮਿੰਟ ਦਾ ਫਾਸਲਾ ਤੁਸਾਂ ਪਿਆ ਦਿਓ, 9 ਘੰਟੇ ਲੱਗੇ। ਉਹਨਾਂ ਤਫਸੀਲ ਬਿਆਨ ਕੀਤੀ ਜਿਹੜਾ ਨੌਕਰ ਤੁਹਾਡੇ ਤੱਕ ਪਹੁੰਚਾਉਣ ਲੱਗੇ। ਉਹਨਾਂ ਫਰਮਾਏ 3 ਦਿਨ ਬਾਜ਼ਾਰ ਸਜਦੇ ਰਹੇ, ਸ਼ਾਮ ਦੇ 12 ਬੱਧੇ ਹੱਥਾਂ ਨਾਲ ਪਾਬੰਦ ਖੜੀ ਰਹੀ, ਯਤੀਮਾਂ ਨੂੰ ਤਸਲੀਆਂ ਦੇਣੀ ਰਹੀ, ਜਿਹੜੇ ਬਚ ਗਏ ਹਨ ਔਰ ਜਿਹੜੇ ਬਚ ਗਏ ਉਹਨਾਂ ਦੇ ਵਾਸਤੇ ਕੋਈ ਸਾਇਵਾਨ ਨਹੀਂ, ਕੋਈ ਸਾਇਆ ਨਹੀਂ, ਬੱਚਿਆਂ ਦੇ ਪੈਰਾਂ 'ਚ ਨਾ ਲੈਣਾ ਕੋਈ ਨਾ, ਥੱਕੇ ਬਾਲ ਮਾਵਾਂ ਤੋਂ ਛਾਂ ਮੰਗਦੇ ਹਨ, ਮਾਵਾਂ ਦੀਆਂ ਸਾਡੇ ਪੈਰਾਂ 'ਤੇ ਪੈਰ ਰੱਖ ਲਓ। ਇਹਨਾਂ 3 ਦਿਨ ਜਿਹਨਾਂ ਫਰਮਾਇਆ ਬਾਜ਼ਾਰ 'ਚ ਰਸ਼ ਬਣਦਾ ਰਿਹਾ, ਇਹਨਾਂ 3 ਦੇਹਾਂ 'ਚ ਮੁਲਕਾਂ 'ਚੋਂ
سوہ لکھ بدماش تماشے واسطے کٹھا ہوئے سیدو اتنی ہائے کرائے جو تاری دادی میرے تارے تیراندی ہو کے جاوے انہوں نے فرمایا ایک لکھ بندہ فقط ڈھول وجہ منہ لائی ایک لکھ بندہ بازارت ماما بھینہ سیہ جادیاں اے جملہی تو آرے واسطے 6000 عورت نچنہ لیا ہون جڑے زوار ہو کم از کم پتہ لگے کس کس جگہ تے کوئی شام دا زوار بیٹھے انہاں فرمایا ہے میری سین فاصلہ انج تائے کیتا ہے جی میں حسین کربلا اکبر دی لاش دا فاصلہ ہے دیکھو سمجھ آئی ہو دی ہائے نکلی ہے اور اگر میں سخت پڑھا تاں تو رویں اگر میں چھپا کے پڑھا تک کہیں عالم تے سوال کریں جو حسین جنا اکبر دی لاش تے آئے ات تیرے وست زاکر پڑھ دیں نا ہر کزانو اندے بار بائے بائے کے ٹو رہے اکبر دی آنے تک جتنے کھڑے ہائے کہیں راہ نہیں دسیا انہاں دیکھے دیتن غریب بہلا ہوئے حسین دی ماں تو دے تیرا دی ہوئے 9 گھنٹے لگے اس بازار اچ اور زخمی آئی ہر بی بی شام دے دربار اچ سید جتنے بیٹھے ہو سید مدینے لے سید جو ممنون رہن فیضا دے اے سین فیضا ہے دائی مدینے لے سیدہ نہیں ہے دربار اچ آلیہ دا پردہ بنی اچھا اس دربار اچ نا اے بھی زاکر گھٹ پڑ دیں لیکن تسلی کرائے کیمرے دے سامنے گل کر رہے ہیں علماء کل پچھائے صحیح جڑی میں گل کی تھی دربار شام اچ نا آج جی کو عدالت اچ جاوے نا عدالت دے وچ 2 کٹہرے ہوندے ایک پاسے ملزم کھڑوں دے ایک پاسے مدعی کھڑوں دے شام دے دربار دی چونکہ ظاہری عبادت اسلام والا ہی نا انہا گلن دی تفضیل تذاکر دی مجبوری ہوں دی تو سارے جان دے سید حد بندی آئی میں کو معافی روایت جڑے سید بیٹھے میں تاری نوکرانی دا پتران روایت نہ ہوں دی میں نہ پڑھ دا ایک پاسے کھڑ دیا نا مسلمان نہ دے قید دی ایک پاسے کھڑ دیا نا غیر مذہب قید دی علی دیاں نوہاں دیاں رسول زادیاں نو اتھے کھڑایا نے جتھے غیر مسلمان قیدی کھڑائے میں دے میں سوکھا پڑھائے تھے سوکھا سنے کیا گزر دی پیو سی غیرت اللہ دے جگر تے امام حسین تب پہلے آئے دربار ہائی سر سر او بھی رومال اچ بدہ ہوئے پہلے دربار اچ لائے حوالہ دیو بامیں کتاب بتا دن ضعیف آئی ادامن تو شاکبہ مالی و سبتین باب مروم شام دا داخلہ انہیں 2 کتاب اندھا حوالہ دے کے پڑھے شام دے بارو کھڑا اندھا ذکر بھی مالی و سبتین اچھے روایت تیرے ضمیر اگر ضعیف ہوئے تو میں کوشش کر دا ہے کتاب دی روایت میں چھپا کے پڑھ چھوڑا انعام لون واسطے نا سار اگے بھی پورا راہ کاف لے تو اگو ٹر دا رہے رمال اچ بن کے کدھی کھولی دے تنور اچ آج دربار اچ بھی حسین دا سر پہلے آئے ایک جدہ لائے کے آئے نا قاتل امام حسین دا سر ایک کمینہ شراب بیٹھا پیندہ ایدھے ہاتھے چاہی خیزران دی چھڑی بیر دی سوٹی زاکر آدھے نا علی ان ولی اللہ پڑھ دیں تو شراب نہ پیتی کر ولایت اللہ شراب بھی نہیں ہوندہ اگر علی ان ولی اللہ پڑھ دیں تو کوشش کر کے شرابی کو اپنی محفل اچھ نہ بہنڈی تا کر اس شراب سجاد نو بڑا خون روائے بدمز شرابی شراب دے نشے چھے سوٹی آدھا نا جو محمد حلال آکھیا میں حرام کرے شاہ اور محمد حلال کیتا تھا قیامت تک حلال ہے نا اس سوٹی شراب اس دبو کے نا ترائے ضربان اگر روایت نہ ہوئے ڈیرے آلے میرا گریبان حاضر میرا خون ہی توڑے تھے معاف ہے ترائے دفعہ چلو ضربان آکھاں شبیر دے سر دی بید بھی کر کے آکھیں بیعت کریں آ تیری زینب بزاریں چلیں